ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ। ਆ ਜਾਓ ਜੀ, ਆ ਜਾਓ ਮੈਮ, ਆ ਜਾਓ ਮੈਮ, ਬੈਠੋ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਮੈਮ। ਹੈਲੋ ਬੇਟਾ, ਹਾਉ ਆਰ ਯੂ? ਫਾਈਨ ਮੈਮ। ਪਾਣੀ ਲਿਆਓ ਬੇਟਾ। ਜੈਵੀ ਬਹੁਤ ਹੀ ਐਕਟਿਵ ਬੱਚਾ ਸੀ, ਪਤਾ ਨਹੀਂ ਕਿੰਨੀ ਦੇਰ ਹੋਰ ਤਕਲੀਫ ਸਹਿਣੀ ਹੈ ਉਹਨੇ, ਪਰ ਚਲੋ ਜੋ ਵੀ ਹੈ ਹੁਣ ਠੀਕ ਹੋ ਜਾਵੇ ਜੀ। ਮੈਮ ਪਾਣੀ? ਨਹੀਂ ਨਹੀਂ ਪਾਣੀ ਨਹੀਂ, ਨਹੀਂ ਤਾਂ ਕੋਮਾ ਵਾਲੇ ਕੇਸਿਸ ਤਾਂ ਹੋਪਲੈਸ ਹੀ ਹੁੰਦੇ ਆ। ਸਿਮੋ, ਚਾਹ ਲਿਆ ਬੇਟਾ ਬਣਾ ਕੇ। ਨਹੀਂ ਨਹੀਂ, ਚਾਹ ਦੀ ਫਾਰਮੈਲਿਟੀ ਦੀ ਜ਼ਰੂਰਤ ਨਹੀਂ ਹੈ। ਨਹੀਂ ਚਲੋ ਮੈਮ, ਤੁਸੀਂ ਸਕੂਲ ਵੱਲੋਂ ਪਤਾ ਕਰਨ ਆਇਓ ਜੈਵੀ ਦਾ, ਚੰਗਾ ਲੱਗਾ ਜੀ। ਹਾਂ ਉਹ ਵੀ ਸੀ, ਪਰ ਮੈਨੂੰ ਪ੍ਰਿੰਸੀਪਲ ਸਾਹਿਬ ਨੇ ਵੀ ਭੇਜਿਆ, ਉਹ ਕਹਿ ਰਹੇ ਸੀ ਕਿ ਤੁਸੀਂ ਅੱਧੇ ਕੁ ਘੰਟੇ ਲਈ ਸਕੂਲ ਆ ਜਾਓ, ਜੇਸੇ ਵੀ ਕਾ ਜਾਓ ਤਾਂ ਬੈਟਰ ਹੈ। ਮੈਮ ਮੈਂ ਸਕੂਲੇ ਕਿਹੜੇ ਕੰਮ ਆਉਣਾ ਜੀ? ਕੁਛ ਨਹੀਂ, ਆਫੀਸ਼ੀਅਲ ਫਾਰਮੈਲਿਟੀ ਹੈ, ਜੈਵੀ ਵੀਕ ਸੈਕਸ਼ਨ ਦੀ ਸੀਟ 'ਤੇ ਹੈ ਨਾ, ਕਨਸੈਸ਼ਨ ਮਿਲਦਾ ਉਹਨੂੰ ਫੀਸ ਦੇ ਵਿੱਚ, ਅਤੇ ਸਕੂਲ ਚਾਹੁੰਦਾ ਹੈ ਕਿ ਕਿਸੇ ਰੈਗੂਲਰ ਫੀਸ ਵਾਲੇ ਬੱਚੇ ਨੂੰ ਐਡਮਿਸ਼ਨ ਮਿਲ ਜਾਏ। ਜੈਵੀ ਦਾ ਤਾਂ ਵੈਸੇ ਵੀ ਪਤਾ ਨਹੀਂ ਨਾ। ਹਾਂਜੀ। ਤੁਹਾਡੇ 'ਤੇ ਵੀ ਐਵੇਂ ਬਰਡਨ ਹੀ ਪੈਂਦਾ ਨਾ, ਕੁਆਟਰ ਤਾਂ ਸਾਰਾ ਹੋਸਪਿਟਲ 'ਚ ਨਿਕਲ ਗਿਆ, ਬਸ ਫੀਸ ਜਮ੍ਹਾਂ ਕਰਾਉਣੀ ਹੈ, ਸਰਟੀਫਿਕੇਟ ਬਣਿਆ ਪਿਆ, ਡੇਟ ਹੀ ਭਰਨੀ ਹੈ। ਮੈਡਮ ਪਰ ਉਹ ਜੈਵੀ ਦਾ ਤਾਂ ਸਾਰੇ ਸਕੂਲ ਨੂੰ ਪਤਾ ਹੀ ਹੈ। ਪਰ ਡਿਊਜ਼ ਤਾਂ ਭਰਨੇ ਹੀ ਪੈਣੇ ਆ ਨਾ, ਅਕਾਊਂਟਸ ਤਾਂ ਕਲੀਅਰ ਕਰਨੇ ਹੀ ਹੁੰਦੇ ਆ। ਮੈਡਮ ਮੈਂ ਸਮਝ ਗਿਆ ਕਿ ਤੁਸੀਂ ਕਿਹੜੇ ਕੰਮ ਆਏ ਹੋ, ਠੀਕ ਹੈ ਮੈਂ ਸਕੂਲ ਵਾਲਿਆਂ ਨੂੰ ਮਿਲਦਾ ਆ ਕੇ। ਜੈਵੀ ਨੂੰ ਦੇਖ ਲਾਂ? ਨਹੀਂ ਕੋਈ ਨਹੀਂ, ਜੈਵੀ ਨੂੰ ਅਸੀਂ ਦੇਖ ਰਹੇ ਹਾਂ ਜੀ, ਤੁਸੀਂ ਟੈਨਸ਼ਨ ਨਾ ਲਓ। ਠੀਕ ਹੈ ਜੀ। ਅੰਕਲ ਤੁਸੀਂ ਜੈਵੀ ਦੇ ਪਾਪਾ ਹੋ ਨਾ? ਹਾਂ ਬੇਟਾ। ਅੰਕਲ ਜੈਵੀ ਸਕੂਲ 'ਚ ਨਹੀਂ ਆਉਂਦਾ ਤਾਂ ਦਿਲ ਨਹੀਂ ਲੱਗਦਾ, ਸਕੂਲ 'ਚ ਕੋਈ ਸ਼ਰਾਰਤ ਹੀ ਨਹੀਂ ਹੁੰਦੀ, ਜੈਵੀ ਨੇ ਬੋਲੋ ਨਾ ਕਿ ਛੇਤੀ ਠੀਕ ਹੋ ਕੇ ਆਵੇ। ਆਏਗਾ ਬੇਟਾ। ਮਖੀਜਾ ਸਾਹਿਬ ਤੁਹਾਡੇ ਬੱਚੇ ਨੂੰ ਅੰਗਰੇਜ਼ੀ ਪੜ੍ਹਾ ਦੇ, ਠੀਕ ਹੈ? ਠੀਕ ਹੈ, ਬਾਕੀ ਮੈਥ ਸਮੇਂ ਹੈਗਾ ਹੀ ਆ, ਮੈਂ ਦੇਖ ਲਵਾਂਗਾ। ਬੜੀ ਮਿਹਰਬਾਨੀ ਸਰ। ਬੱਚਾ ਪੜ੍ਹਾਈ 'ਚ ਕਮਜ਼ੋਰ ਹੋਣਾ ਜੀ ਤੁਹਾਡਾ? ਕਮਜ਼ੋਰ ਹੀ ਹੈ ਸਰ। ਅਤੇ ਸਰ ਕਹਿ ਰਹੇ ਹੋਣੇ ਟਿਊਸ਼ਨ ਦੀ ਲੋੜ ਆ ਉਹਨੂੰ? ਹਾਂਜੀ ਸਰ। ਉੱਦਾਂ ਤਾਂ ਪੜ੍ਹਾਉਂਦੇ ਨਹੀਂ ਟਿਊਸ਼ਨ, ਪਰ ਤੁਹਾਡੇ ਬੱਚੇ ਨੂੰ ਪੜ੍ਹਾ ਦਿਆ ਕਰਨਗੇ। ਬਿਲਕੁਲ ਕਹਿ ਰਹੇ ਸੀ, ਮੈਥਸ ਹੀ ਪੜ੍ਹਾ ਦੇਣਗੇ, ਸਾਇੰਸ ਉਹ ਸਰ ਪੜ੍ਹਾ ਦੇਣਗੇ। ਬਿਲਕੁਲ ਜੀ। ਇਹ ਵੀ ਕਹਿੰਦੇ ਹੋਣੇ ਪ੍ਰਿੰਸੀਪਲ ਸਾਹਿਬ ਨੂੰ ਨਾਂ ਦੱਸਿਓ। ਹਾਂਜੀ। ਉਹ ਆਪਣੇ ਬੱਚੇ ਨੂੰ ਆਪ ਪੜ੍ਹਾ ਲਓ ਜਾ ਕੇ, ਹੋਮਵਰਕ ਕਰਾਓ ਬੱਚੇ ਨੂੰ, ਕੋਈ ਕਮੀ ਨਹੀਂ ਹੈ ਬੱਚਿਆਂ ਦੇ ਵਿੱਚ, ਬਚਾ ਲਓ ਆਪਣੇ ਬੱਚੇ। ਭਾਈ ਸਾਹਿਬ ਇਹ ਸਕੂਲ ਹੈ, ਕੋਈ ਮਜ਼ਾਕ ਨਹੀਂ। ਇਹੀ ਦੱਸਣ ਆਇਆ ਮੈਂ ਤੁਹਾਨੂੰ ਕਿ ਸਕੂਲ ਹੈ, ਮਜ਼ਾਕ ਨਹੀਂ। ਬਈ ਜੇ ਤੁਹਾਡਾ ਬੱਚਾ ਨਲਾਇਕ ਹੈ ਤਾਂ ਇਹਦੇ 'ਚ ਟੀਚਰਸ ਦਾ ਕੀ ਕਸੂਰ ਹੈ? ਦਸਵੀਂ 'ਚ ਹੋ ਗਿਆ ਤਾਂ ਉਹਨੂੰ ਹਾਲੇ ਵੀ ਸਾਰਿਆਂ ਤੋਂ ਸਾਰਾ ਨਹੀਂ ਪਤਾ। ਹਿਸਟਰੀ ਵਿੱਚ ਵੀ ਵਾਜੇ ਵਾਜੇ ਹੋਏ ਨੇ ਉਹਦੇ, ਹਜੇ ਤੱਕ ਨਿਊਟਨ ਦੇ ਲਾਅ ਤਾਂ ਯਾਦ ਨਹੀਂ ਹੋਏ ਉਹਨੂੰ। ਤੁਹਾਨੂੰ ਸਾਰਿਆਂ ਨੂੰ ਸਾਰਾ ਕੁਝ ਪਤਾ ਹੈ ਨਾ। ਤੁਸੀਂ ਚਲੋ ਭਾਈ ਸਾਹਿਬ, ਅੱਜ ਇਹਨਾਂ ਦਾ ਐਗਜ਼ਾਮ ਹੋਣਾ। ਇਹ ਕੀ ਤਰੀਕਾ ਹੋਇਆ ਗੱਲ ਕਰਨ ਦਾ? ਇਹ ਤਾਂ ਉਹਨਾਂ ਨਾਲ ਗੱਲ ਕਰਨ ਦਾ ਤਰੀਕਾ ਸੀ, ਤੁਹਾਡੇ ਨਾਲ ਤਾਂ ਗੱਲ ਕਰਨੀ ਆ ਜੇ ਮੈਂ। ਖੜੇ ਹੋ ਜਾਓ। ਆ ਕੀ ਮਤਲਬ? ਮਤਲਬ ਇਹ ਹੈ 17x17 ਕਿੰਨੇ ਹੁੰਦੇ ਆ? 17x17 ਬਟ ਆਈ ਐਮ ਐਨ ਇੰਗਲਿਸ਼ ਟੀਚਰ। 17x17 ਕਿੰਨੇ ਹੁੰਦੇ ਆ? ਮੈਥ ਟੀਚਰ ਨੂੰ ਪਤਾ ਹੋਏਗਾ। ਤੁਸੀਂ ਦੱਸੋ ਪਲਾਸੀ ਦਾ ਯੁੱਧ ਕਦੋਂ ਹੋਇਆ ਸੀ? ਪਲਾਸੀ ਦਾ ਯੁੱਧ ਮੈਨੂੰ ਨਹੀਂ ਪਤਾ, ਮੈਂ ਕੰਪਿਊਟਰ ਟੀਚਰ ਹਾਂ, ਪਲਾਸੀ ਦੀ ਲੜਾਈ। ਤੁਸੀਂ ਹਿਸਟਰੀ ਟੀਚਰ ਹੋਵੋਗੇ, ਤੁਹਾਨੂੰ ਪਤਾ ਹੈ। ਨਿਊਟਨ ਦਾ ਲਾਅ ਦੱਸੋ, ਨਿਊਟਨ ਦਾ ਲਾਅ। ਨਿਊਟਨ ਦਾ ਲਾਅ ਮੈਨੂੰ ਨਹੀਂ ਪਤਾ, ਸਾਇੰਸ ਟੀਚਰ ਨੂੰ ਪਤਾ ਹੋਏਗਾ। ਮਤਲਬ ਤੁਹਾਨੂੰ ਸਿਰਫ ਆਪਣਾ ਆਪਣਾ ਸਬਜੈਕਟ ਪਤਾ ਹੈ, ਮੇਰੇ ਬੱਚੇ ਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ। ਮੇਰੇ ਬੱਚੇ ਦਾ ਸਬਜੈਕਟ ਕ੍ਰਿਕਟ ਹੈ, ਉਹਨੂੰ ਕ੍ਰਿਕਟ ਦਾ ਸਭ ਕੁਝ ਪਤਾ ਹੈ, ਵਧੀਆ ਪਲੇਅਰ ਹੈ ਮੇਰਾ ਬੱਚਾ ਕ੍ਰਿਕਟ ਦਾ। ਕਿਉਂ ਸਾਰਾ ਕੁਝ ਮੇਰੇ ਬੱਚੇ ਚੋਂ ਕੱਢਣਾ ਚਾਹੁੰਦੇ ਹੋ ਤੁਸੀਂ? ਉਹ ਸਿਰਫ ਕ੍ਰਿਕਟ ਖੇਡਣਾ ਚਾਹੁੰਦਾ ਸੀ, ਤੁਸੀਂ ਪ੍ਰੈਸ਼ਰ ਪਾਇਆ, ਤੁਹਾਡੇ ਕਰਕੇ ਅੱਜ ਮੇਰਾ ਬੱਚਾ ਕੋਮਾ 'ਚ ਹੈ। ਮੇਰਾ ਬੱਚਾ ਨਾ ਜਿਉਂਦਿਆਂ 'ਚ ਨਾ ਮਰਿਆ 'ਚ, ਉਹ ਤੋਂ ਸ਼ਰਮ ਆਉਣੀ ਚਾਹੀਦੀ ਹੈ। ਸਕੂਲ ਦੀ ਟੀਚਰ ਘਰ ਆ ਕੇ ਬੱਚੇ ਦਾ ਹਾਲ ਪੁੱਛਣ ਦੀ ਬਜਾਏ ਕਹਿ ਰਹੀ ਹੈ ਉਹਦੇ ਡਿਊਜ਼ ਬਾਕੀ ਨੇ, ਉਹਦੇ ਡਿਊਜ਼ ਦੇ ਦਿਓ। ਫੀਸ ਚਾਹੀਦੀ ਹੈ ਸਕੂਲ ਨੂੰ, ਕਿਸੇ ਦੀ ਜਾਨ ਦੀ, ਕਿਸੇ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ।
ਉਹ ਤਾਂ ਅੱਧ ਮੋਇਆ ਪਿਆ ਹੀ ਆ। ਮੈਨੂੰ ਵੀ ਅੱਧ ਭਰਿਆ ਕਰ ਦਿੱਤਾ ਤੁਸੀਂ ਨਾ ਜਿਉਂਦੇ ਅੱਜ ਨਾ ਭਰਿਆ ਅੱਜ। ਬਖਸ਼ ਲਓ ਤੁਸੀਂ ਵੀ ਬੱਚਿਆਂ ਵਾਲੇ ਹੋ, ਤਰਸ ਖਾਓ ਬੱਚਿਆਂ ਤੇ। ਨਹੀਂ ਚਾਹੀਦੀਆਂ ਇਹੋ ਜਿਹੀਆਂ ਪੜ੍ਹਾਈਆਂ ਜਿਹੜੀਆਂ ਇੰਨਾ ਪ੍ਰੈਸ਼ਰ ਦਿੰਦੀਆਂ ਮਾਂ ਬਾਪ ਨੂੰ ਬੱਚਿਆਂ ਨੂੰ। ਹੱਥ ਜੋੜੇ ਤੁਹਾਡੇ ਅੱਗੇ, ਓਏ ਹੋਰਾਂ ਦੇ ਜੈਵੀ ਨਾਲ ਇੱਦਾਂ ਨਾ ਕਰਿਓ, ਹੋਰਾਂ ਦੇ ਬੱਚੇ ਬਚਾ ਲਿਓ।